ਲੋਕ ਹੈਗਾ ਜਿਨ੍ਹਾਂ ਨੇ ਗੰਨਮੈਨ ਲੈਣੇ ਆ, ਇਹ ਉਹ ਲੋਕ ਨੇ ਜਿਨ੍ਹਾਂ ਨੇ ਅਖਬਾਰਾਂ ਅਤੇ ਮੀਡੀਆ ਦੀਆਂ ਸੁਰਖੀਆਂ ਬਟੋਰਨੀਆਂ ਨੇ। ਵੈਰੀ ਬੈਡ। ਪੰਜਾਬ ਦੇ ਪੀਸਫੁੱਲ ਸ਼ਾਂਤਮਈ ਵਾਤਾਵਰਨ ਨੂੰ ਖਰਾਬ ਕਰਨਾ ਦਾਨਿਸ਼ਮੰਦੀ ਨਹੀਂ, ਬੇਵਕੂਫੀ ਹੈਗੀ ਹੈ। ਸੋ ਮੈਂ ਕਹੂੰਗਾ ਸਾਰੀਆਂ ਧਿਰਾਂ ਨੂੰ, ਜਿਹੜਾ ਗੁਰਬਾਣੀ ਦਾ ਪਵਿੱਤਰ ਫਰਮਾਨ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਉਸ ਫਰਮਾਨ ਦੇ ਧਾਰਨੀ ਹੋ ਜਾਓ। ਇਹ ਸਾਡਾ ਨੌਂ ਅਤੇ ਮਾਸ ਦਾ ਰਿਸ਼ਤਾ ਹੈਗਾ, ਨੌਂ ਅਤੇ ਮਾਸ ਦਾ ਰਿਸ਼ਤਾ। ਤੁਹਾਨੂੰ ਯਾਦ ਹੋਊਗਾ ਪਿਛੋਕੜ ਦੇ ਦਿਨਾਂ ਦੇ ਵਿੱਚ ਹਿੰਦੂ ਫੈਮਿਲੀ ਦੇ ਅੰਦਰ ਜਿਹੜਾ ਵੱਡਾ ਪੁੱਤਰ ਹੁੰਦਾ ਸੀ ਉਹਦੇ ਦਸਤਾਰ ਸਿਰ 'ਤੇ ਸਜਾਈ ਜਾਂਦੀ ਸੀ। ਐਡੀ ਵੱਡੀ ਸਾਡੀ ਆਪਸ ਦੇ ਵਿੱਚ ਧਾਰਮਿਕ ਤੌਰ 'ਤੇ ਸਾਂਝ ਹੈ। ਸੋ ਇਹ ਲੋਕ ਬੇਵਕੂਫੀ ਕਰਦੇ ਆ, ਲੋਕ ਬੜੀ ਵੱਡੀ ਸੁਰਖੀਆਂ ਬਟੋਰਨ ਵਾਸਤੇ, ਗੰਨਮੈਨ ਲੈਣ ਵਾਸਤੇ ਅਡੰਬਰ ਕਰਦੇ ਆ। ਪਾਵਰ ਦੇ ਤੀ ਨਵਜੋਤ ਸਿੱਧੂ ਨੂੰ, ਪਾਵਰ ਮਿਲੀ ਹੈ, ਪਾਵਰ ਮਿਨਿਸਟਰ ਨਾ ਕਹੋ, ਪਾਵਰ ਹੈ। ਕਿਉਂਕਿ ਪੰਜਾਬ ਦੇ ਲੋਕ ਸਭ ਸਮਝਦੇ ਆ ਚੋਰ ਕੌਣ ਆ ਅਤੇ ਸਾਧ ਕੌਣ ਆ, ਬੇਈਮਾਨ ਕੌਣ ਆ, ਇਮਾਨਦਾਰ ਕੌਣ ਆ, ਸੱਚਾ ਕੌਣ ਆ ਅਤੇ ਝੂਠਾ ਕੌਣ ਆ, ਇਹ ਸਭ ਜਾਣਦੇ। ਜੇ ਨਵਜੋਤ ਸਿੱਧੂ ਨੇ ਸੱਚ ਬੋਲਤਾ, ਸੱਚਾਈ ਬੜੀ ਕੜਵੀ ਹੁੰਦੀ ਆ, ਬੋਲਣੀ ਵੀ ਔਖੀ ਆ ਅਤੇ ਸੁਣਨੀ ਵੀ ਔਖੀ ਆ। ਮੈਂ ਕਹਿੰਦਾ ਹੁਣ ਰਾਜੇ ਵੜਿੰਗ 'ਤੇ ਵੀ ਕਰੇ ਕੈਪਟਨ ਅਮਰਿੰਦਰ ਸਿੰਘ ਕਾਰਵਾਈ, ਕਿਹਦੇ ਕਿਹਦੇ 'ਤੇ ਕੈਪਟਨ ਅਮਰਿੰਦਰ ਸਿੰਘ ਕਾਰਵਾਈ ਕਰਨਗੇ। ਅੱਜ ਤਾਂ ਇੱਕ ਅਨਫੋਰਚੁਨੇਟਲੀ ਹਾਲਾਤ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਇਸ ਕਰਕੇ ਪੋਜ਼ਿਟਿਵ ਹੋ ਗਏ ਕਿਉਂਕਿ ਕਾਂਗਰਸ ਹਾਈਕਮਾਂਡ ਵੀਕ ਹੈ। ਜੇ ਕਾਂਗਰਸ ਹਾਈਕਮਾਂਡ ਵੀਕ ਨਾ ਹੁੰਦੀ ਨਾ, ਲੋਕ ਸਭਾ ਦੇ ਵਿੱਚ ਪਾਵਰ 'ਚ ਕਾਂਗਰਸ ਹਾਈਕਮਾਂਡ ਆ ਜਾਂਦੀ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ ਤੈਅ ਸੀ, ਰੀਪਲੇਸ ਹੋ ਗਿਆ ਸੀ ਮੁੱਖ ਮੰਤਰੀ ਦੀ ਕੁਰਸੀ 'ਤੇ, ਬੰਦਾ ਨਵਾਂ ਆ ਜਾਣਾ ਸੀ। ਸੋ ਅੱਜ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਪੰਜਾਬ ਦੇ ਅੰਦਰ ਮਾਫੀਆ ਰਨ ਬਾਦਲ ਕਰਦੇ ਸੀ, ਅੱਜ ਉਹ ਸਾਰੇ ਦਾ ਸਾਰਾ ਕੈਪਟਨ ਦੀ ਜੁੰਡਲੀ ਕਰ ਰਹੀ ਹੈ। ਪੰਜਾਬ ਨੂੰ ਬਹੁਤ ਵੱਡੀ ਪੱਧਰ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੋਣ ਦਾ ਆਰਥਿਕਤਾ ਸਾਡੀ ਤਬਾਹ ਹੋ ਰਹੀ ਹੈ, ਬਹੁਤ ਵੱਡਾ ਲੌਸ ਇਕੱਲਾ ਕਾਂਗਰਸ ਪਾਰਟੀ ਨੂੰ ਨਹੀਂ ਪੰਜਾਬ ਨੂੰ ਵੀ ਲੌਸ ਹੈਗਾ। ਆ ਬ੍ਰਹਮਿੰਦਰਾ ਜੀ ਆਲਰੇਡੀ ਜਿਹੜੇ ਬੜੇ ਫੇਮਸ ਹੈਗੇ ਆ, ਦਵਾਈਆਂ ਦਾ ਡਿਪਾਰਟਮੈਂਟ ਉਹਨਾਂ ਦੇ ਕੋਲ ਆ, ਪਤਾ ਸਾਰਾ ਲੋਕਾਂ ਨੂੰ ਵੀ ਉਹ ਕੀ ਕੁਛ ਕਰਦੇ ਆ। ਇੱਕ ਡਿਪਾਰਟਮੈਂਟ ਹੋਰ, ਮੈਂ ਪਹਿਲਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਉਹ ਜੁੰਡਲੀ ਜਿਹੜੀ ਮਾਫੀਆ ਕੰਟਰੋਲ ਕਰ ਰਹੀ ਹੈ, ਲੂਟ ਮਾਫੀਆ, ਅੱਜ ਉਸ ਮਾਫੀਏ ਨੂੰ ਚੰਗੇ ਵੱਡੇ ਜਿਹੜੇ ਮਹਿਕਮੇ ਦੇਣੇ ਕੈਪਟਨ ਅਮਰਿੰਦਰ ਸਿੰਘ ਦੀ, ਲੂਟ ਮਾਫੀਆ ਨੂੰ ਪਾਵਰ ਦੇਣ ਦੀ ਇੱਕ ਪਾਲਿਸੀ ਦਾ ਹਿੱਸਾ ਹੈ। ਨਹੀਂ ਕੈਪ, ਮੈਂ ਜਿਹੜਾ ਲੋਕਾਂ ਦੇ ਅੰਦਰ, ਲੋਕਾਂ ਦੀ ਕਚਹਿਰੀ ਦੇ ਅੰਦਰ ਪਾਵਰ ਕਹਾਂਗਾ, ਕੈਪਟਨ ਅਮਰਿੰਦਰ ਸਿੰਘ ਜੋ ਮਰਜ਼ੀ ਕਰ ਲੈਣ, ਸੱਚਾਈ ਸੱਚਾਈ ਹੁੰਦੀ ਆ। ਅਸੀਂ ਨਵਜੋਤ ਸਿੱਧੂ ਨੂੰ PDA ਵੱਲੋਂ, ਪੰਜਾਬ ਡੈਮੋਕਰੇਟਿਕ ਅਲਾਇੰਸ ਵੱਲੋਂ ਖੁੱਲ੍ਹਾ ਸੱਦਾ ਦਿੰਦੇ ਹਾਂ। ਪਹਿਲਾਂ BJP ਨਾਲ ਨਹੀਂ ਬਣੀ, ਹੁਣ ਕਾਂਗਰਸ ਨਾਲ ਨਹੀਂ ਬਣੀ, ਕਿਉਂਕਿ ਵੱਡੀ ਪੱਧਰ 'ਤੇ ਇਹਨਾਂ ਪਾਰਟੀਆਂ ਦੇ ਅੰਦਰ ਜਿਹੜੇ ਲੋਕ ਨੇ ਉਹ ਕਰਪਟ ਨੇ, ਬਹੁਤ ਘੱਟ ਗਿਣਤੀ ਦੇ ਵਿੱਚ ਇਮਾਨਦਾਰ ਹੈਗੇ ਆ। ਸੋ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ, ਵਾਪਸ ਆ ਜਾਓ। 2022 ਦਾ ਤੁਹਾਨੂੰ ਮੁੱਖ ਮੰਤਰੀ ਪੇਸ਼ ਕਰਕੇ ਪੰਜਾਬ ਦੇ ਅੰਦਰ ਦੌਰਾ ਸਟਾਰਟ ਕਰਦੇ ਹਾਂ। ਵਾਅਦੇ ਪੰਜਾਬ ਬਣਾਇਆ ਸੀ ਨਾ, ਮੈਂ ਨਵਜੋਤ ਸਿੱਧੂ ਹੋਰਾਂ ਨੂੰ ਕਹਿ ਕੇ ਥੱਕ ਗਿਆ ਵੀ ਤੁਹਾਡੀ ਬਣਨੀ ਨਹੀਂ, ਬਲੰਡਰ ਕਰ ਰਹੇ ਹੋ, ਗਲਤ ਫੈਸਲਾ ਲੈ ਰਹੇ ਹੋ, ਆ ਜਾਓ ਚੱਲਦੇ ਹਾਂ ਪੰਜਾਬ ਦੇ ਅੰਦਰ। ਪੰਜਾਬੀ ਪਿਆਰ ਕਰਦੇ ਆ ਤੁਹਾਨੂੰ ਅਤੇ ਮੈਨੂੰ ਨਹੀਂ, ਇਮਾਨਦਾਰੀ ਨੂੰ ਪਿਆਰ ਕਰਦੇ ਆ, ਵਰਕਿੰਗ ਸਟਾਈਲ ਨੂੰ ਪਿਆਰ ਕਰਦੇ ਆ। ਮੈਂ ਕਹਿ ਰਿਹਾ ਵੀ ਆ ਜਾਣ, ਚਲੋ ਬਾਕੀ ਜੇ ਸਹਿਮਤ ਹੋਣਗੇ, ਮੈਂ ਤਾਂ ਕਿਸੇ ਕਪੈਸਿਟੀ ਦੇ ਵਿੱਚ ਹੀ ਅਨਾਊਂਸਮੈਂਟ ਕਰ ਰਿਹਾ ਨਾ, ਮੈਂ ਐਲਾਨ ਓਪਨ ਅਪੀਲ ਜਿਹੜੀ ਹੈ ਮੈਂ ਕਿਸੇ ਕਪੈਸਿਟੀ 'ਚ ਕੀਤੀ ਹੈ। ਮੈਂ ਫਿਰ ਅਪੀਲ ਕਰਦਾ ਵੀ ਨਵਜੋਤ ਸਿੱਧੂ ਜੀ ਵਾਪਸ ਆ ਜਾਓ।
ਡੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ, ਸੁਬਾਹ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜੇ, ਉਹਨੂੰ ਭੁੱਲਿਆ ਨਹੀਂ ਗਿਣਦੇ। ਆਓ ਵਾਪਸ ਪੰਜਾਬ ਦੇ ਭਲੇ ਵਾਸਤੇ, ਪੰਜਾਬ ਦੇ ਅੰਦਰੋਂ ਲੂਟ ਮਾਫੀਆ ਖਤਮ ਕਰਨ ਵਾਸਤੇ, ਪੰਜਾਬ ਦੇ ਅੰਦਰੋਂ ਰਿਸ਼ਵਤਖੋਰੀ ਖਤਮ ਕਰਨ ਵਾਸਤੇ। ਸਿੱਧੂ ਸਾਹਿਬ ਆ ਜਾਓ, ਪੰਜਾਬ ਦੇ ਅੰਦਰ 5-7 ਬੰਦੇ ਹੀ ਆ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ, ਨਹੀਂ ਤਾਂ ਪੰਜਾਬ ਦੀ ਰਾਜਨੀਤੀ ਦੇ ਅੰਦਰ ਬੇੜਾ ਗਰਕ ਹੋਇਆ ਹੋਇਆ। ਸੋ ਅੱਜ ਵੀ ਨਵਜੋਤ ਸਿੱਧੂ ਨੂੰ ਇਹ ਅਪੀਲ ਜਿਹੜੀ ਆ ਮੰਨ ਲੈਣੀ ਚਾਹੀਦੀ ਆ, ਛੱਡ ਕੇ ਬਜ਼ਾਰਤ ਵਾਪਸ ਆ ਜਾਣਾ ਚਾਹੀਦਾ ਉਹਨੂੰ। ਉਹ ਆਈ ਵਾਸ਼ ਹੈਗਾ, ਉਹ ਤਾਂ ਸਿਰਫ ਅਤੇ ਸਿਰਫ ਇਹ ਨਾ ਲੱਗੇ ਲੋਕਾਂ ਨੂੰ ਚੰਗਾ ਸੁਝਾ ਕੇ ਪੇਸ਼ ਕੀਤਾ ਵੀ ਇਕੱਲੇ ਨਵਜੋਤ ਸਿੱਧੂ ਦਾ ਨਹੀਂ, ਮੰਤਰੀ ਮੰਡਲ ਦੇ ਅੰਦਰ ਜਿਹੜੀ ਰਿਸ਼ਫਲਿੰਗ ਹੋਈ ਆ, ਰੱਦੋ ਬਦਲ ਹੋਈ ਹੈ, ਮੈਸੇਜ ਦੇਣ ਦਾ ਯਤਨ ਕੀਤਾ। ਧੀਏ ਕੰਨ ਕਰ ਅਤੇ ਨੂੰਹੇ ਕੰਮ ਕਰ, ਗਾਜ ਤਾਂ ਡਿੱਗਣੀ ਸੀ ਨਵਜੋਤ ਸਿੱਧੂ 'ਤੇ ਤੈਅ ਸੀਗੀ, ਪਰ ਬਾਕੀ ਦਾ ਜਿਹੜਾ ਉਹ ਇੱਕ ਡਰਾਮਾ ਕੀਤਾ ਗਿਆ ਤਾਂ ਜੋ ਚੰਗਾ ਲੋਕਾਂ ਨੂੰ ਲੱਗੇ ਵੀ ਇਕੱਲਾ ਨਵਜੋਤ ਸਿੱਧੂ ਨਹੀਂ, ਰੱਦੋ ਬਦਲ ਹੈਗੀ ਆ। ਰੱਦੋ ਬਦਲ ਨਹੀਂ, ਇਹ ਸਿਰਫ ਅਤੇ ਸਿਰਫ ਨਵਜੋਤ ਸਿੱਧੂ ਵਾਸਤੇ ਡਰਾਮੇਬਾਜ਼ੀ ਸੀ।